ਧੀਏ 2 ਦਿਨ ਲਾ ਕੇ ਆਉਂਗੀ ਹੁਣ ਮੈਂ। ਨਹੀਂ ਮੰਮੀ ਤੁਸੀਂ ਕੱਲ ਹੀ ਆ ਜਾਓ। ਹਾਂ ਤੁਹਾਨੂੰ ਪਤਾ ਮੇਰੀ ਇਕੱਲੀ ਦਾ ਜੀ ਨਹੀਂ ਲੱਗਣਾ ਹੈਗਾ। ਕੋਈ ਆਇਆ ਗਿਆ ਵੇਖੂਗਾ, ਉਹ ਤਾਂ ਹੀ ਪੈਸੇ ਲਾਉਣ ਦਾ ਫਾਇਦਾ ਆ। ਕਹਿੰਦੇ ਤੁਸੀਂ ਸਹੀ ਦੇ ਜੇ। ਇਹ ਫੋਟੋ ਇਹਨਾਂ ਨੇ ਨਾ ਸਾਨੂੰ ਸਾਰਨ ਵਾਸਤੇ ਲਾਈ ਆ। ਮੈਂ ਵੀ ਹੁਣੇ ਜਾਣਾ ਅੱਜ ਫੋਟੋਗ੍ਰਾਫਰ ਕੋਲ ਫੋਟੋ ਬਣਾਉਣ ਲਈ। ਮੇਰੀ ਗੱਲ ਸੁਣੋ, ਉਹ ਫੋਟੋ ਵੇਖ ਲਈ ਤਾਂ ਜਿਹੜੀ ਬਾਹਰ ਲਾਈ ਆ? ਅਸੀਂ ਵੇਖ ਲਈ ਆ। ਕਿੱਦਾਂ ਦੀ ਲੱਗੀ? ਸੋਹਣੀ ਆ। ਜਿਹੜੀ ਤੁਹਾਡੀ ਤੇ ਭਾਈ ਦੀ ਫੋਟੋ ਨਾ ਬਾਹਰ ਲੱਗੀ, ਬਹੁਤੀ ਸੋਹਣੀ ਆ। ਹਾਂ ਫੋਟੋ ਤਾਂ ਬੜੀ ਸੋਹਣੀ ਆ। ਸਾਡੀ ਦੋਵਾਂ ਦੀ ਤਾਂ ਬਣ ਜਾਂਦੀ ਆ, ਪਰ ਆ ਦੋਵਾਂ ਭਰਾਵਾਂ ਦੀ ਨਾ ਆਪਸ ਵਿੱਚ ਕਦੀ ਨਹੀਂ ਬਣਦੀ ਹੈਗੀ। ਇੰਨੀ ਜਿੱਦਬਾਜ਼ੀ ਕਰਦੇ ਨਾ ਆਪਸ ਵਿੱਚ। ਮੈਂ ਮੁੰਡਿਆ ਤੋਂ ਭਵੇਖ ਨੂੰ ਵੀ ਬੜੇ ਦਿਨ ਹੋ ਗਏ ਆ ਤੇ। ਮੰਮੀ YouTube ਤੇ ਦੇਖ ਲੈ। ਵਿੱਚ ਅੱਜ ਦੀ ਗੱਲ ਕਰਿਆ ਕਰ ਕੋਈ। ਸਤਿ ਸ਼੍ਰੀ ਅਕਾਲ ਆਂਟੀ। ਸਤਿ ਸ਼੍ਰੀ ਅਕਾਲ, ਕੀ ਹਾਲ ਮੈਂ ਤਾਂ? ਵਧੀਆ ਵਧੀਆ। ਹੋਰ ਸੁਣਾ ਭਰਾਵਾ ਕਿੱਦਾਂ? ਬਸ ਠੀਕ ਆ। ਬਹਿ ਜਾ। ਬਸ ਬੈਠਾ ਆਂਟੀ। ਤਜਿੰਦਰ ਕਿੱਥੇ ਜੇ? ਉਹ ਤੇ ਅੰਦਰ ਹੀ ਆ, ਕੰਮ ਹੀ ਕੋਈ। ਹਾਂਜੀ ਹਾਂਜੀ, ਮੈਂ ਨਾ ਉਹ ਵੀਰ ਕੋਲ ਪੱਗ ਲੈਣੀ ਸੀ। ਪੱਗ ਲੈਣੀ? ਹਾਂਜੀ ਹਾਂਜੀ। ਅੱਛਾ ਚੱਲ ਮੈਂ ਉਹਨੂੰ ਬੁਲਾ ਦਿੰਦੀ ਹਾਂ। ਸਾਨੂੰ ਤਾਂ ਪਤਾ ਨਹੀਂ ਕਿੱਥੇ ਰੱਖੀ ਆ, ਉਹਨੂੰ ਪੁੱਛ ਲਾ। ਠੀਕ ਆ, ਬੁਲਾ ਦਿਓ। ਬਹਿ ਜਾ ਬਹਿ ਜਾ ਆ ਜਾ। ਹੋਰ ਸੁਣਾ ਕਿੱਦਾਂ ਫਿਰ? ਬਸ ਠੀਕ ਠਾਕ ਆ। ਕੰਮ ਕਾਰ ਠੀਕ ਠਾਕ ਆ? ਸਭ ਵਧੀਆ। ਇੱਕ ਤਾਂ ਯਾਰ ਠੰਡ ਬੜੀ ਹੋ ਗਈ ਆ। ਆਹੋ ਯਾਰ ਠੰਡ ਵਾਕਿਆ ਬੜੀ ਹੋ ਗਈ। ਆ ਲੈ ਮਹਿਤਾਬ ਲਿਆਓ। ਕੱਲ ਹੀ ਧੋਤੀ ਸੀ ਤੇਰੀ ਭਾਬੀ ਨੇ। ਠੀਕ ਆ ਚਲੋ। ਫੋਟੋ ਬੜੀ ਸੋਹਣੀ ਲੱਗਣ ਡੀ ਜੇ। ਆਹੋ ਮੈਂ ਨਾ ਕੱਲ ਪਰਸੋਂ ਬਣਵਾ ਕੇ ਲਿਆਇਆ ਸੀਗਾ। ਫੋਟੋ ਤੇ ਸੋਹਣੀ ਲੱਗਣ ਡੀ ਆ। ਵੈਸੇ ਵੀ ਮੇਨ ਐਂਟਰੀ ਤੇ ਘਰ ਦੇ ਮਾਲਕ ਦੀ ਲੱਗੀ ਹੁੰਦੀ ਆ ਫੋਟੋ, ਦੂਰੋਂ ਪਤਾ ਲੱਗ ਜਾਂਦਾ ਘਰ ਦਾ ਮਾਲਕ ਕੌਣ ਆ। ਕੀ ਗੱਲ ਮਨਦੀਪ, ਤੂੰ ਕਿਤੇ ਘਰ ਹੋਰ ਬਣਾਉਣ ਡਿਆ ਵਾ? ਉਹ ਨਹੀਂ ਨਹੀਂ, ਮੈਂ ਕਿੱਥੇ ਘਰ ਬਣਾਉਣਾ। ਅੱਛਾ ਅੱਛਾ ਚਲੋ ਠੀਕ ਜੇ, ਮੈਂ ਚੱਲਦਾ ਫਿਰ। ਚੱਲ ਠੀਕ ਆ। ਮੈਨੂੰ ਲੱਗਦਾ ਹੁਣ ਕੁਝ ਕਰਨਾ ਹੀ ਪੈਣਾ। ਅੱਜ ਤੇ ਇਹਨੇ ਸੱਚੀ ਬੇਇੱਜ਼ਤੀ ਕਰਾਤੀ। ਕੀ ਕਦੇ ਭੁੱਲੀ ਜਾਂਦੇ ਜੇ? ਮੈਂ ਤੈਨੂੰ ਪਹਿਲਾਂ ਕਿਹਾ ਨਾ, ਤਜਿੰਦਰ ਆਪਣੀਆਂ ਮਨਾਉਂਦਾ ਵਾ। ਬਾਹਰ ਦਾ ਬੰਦਾ ਆ ਕੇ ਘਰੇ ਮੇਰੀ ਬੇਇੱਜ਼ਤੀ ਕਰ ਗਿਆ ਅੱਜ। ਬੇਇੱਜ਼ਤੀ? ਕੌਣ ਬੇਇੱਜ਼ਤੀ ਕਰ ਗਿਆ ਵਾ? ਕਿੱਦਾਂ ਕਰ ਗਿਆ ਤੁਹਾਡੀ ਬੇਇੱਜ਼ਤੀ? ਆ ਜਿਹੜੀ ਇਹਨਾਂ ਨੇ ਮੇਨ ਐਂਟਰੀ ਤੇ ਫੋਟੋ ਲਾਈ ਹੈ ਮਿਰਜ਼ਾ ਸਾਹਿਬ ਵਾਲੇ ਪੋਜ ਵਾਲੀ, ਮਹਿਤਾਬ ਆਏ ਘਰੇ ਫੋਟੋ ਵੇਖ ਕੇ ਕਹਿੰਦਾ ਮੇਨ ਐਂਟਰੀ ਤੇ ਘਰ ਦੇ ਮਾਲਕ ਦੀ ਫੋਟੋ ਲੱਗੀ ਹੁੰਦੀ ਆ, ਇਹਦੇ 'ਚ ਮੇਰੀ ਬੇਇੱਜ਼ਤੀ ਨਹੀਂ ਤੇ ਹੋਰ ਕੀ ਆ? ਇਹ 'ਚ ਕਿੰਨੀ ਕੁ ਵੱਡੀ ਗੱਲ ਆ ਮਨਦੀਪ? ਬਾਹਰਲਿਆਂ ਦਾ ਕੰਮ ਆ ਬਲਦੀ ਅੱਗ 'ਚ ਤੇਲ ਪਾਉਣਾ, ਤੇ ਉਹਨੇ ਮੜ ਕੇ ਤੀਲੀ ਗਿਲਾਤੀ, ਤੁਸੀਂ ਮੱਚ ਕੇ ਤੇ ਮੇਰੇ ਵੱਲ ਭੱਜੇ ਆਏ ਜੇ। ਅਗਲਾ ਬਿਲਕੁਲ ਸੱਚੀ ਗੱਲ ਕਹਿ ਕੇ ਗਿਆ ਵਾ, ਮੇਰਾ ਭਾਵੇਂ 2000 ਰੁਪਇਆ ਵੱਧ ਲੱਗ ਜੇ, ਆਪਣੀ ਫੋਟੋ ਵੀ ਹੁਣ ਇੱਥੇ ਲੱਗੂਗੀ। ਮੇਰੀ ਗੱਲ ਸੁਣੋ, ਕੀ ਤੁਸੀਂ ਨਿੱਕੀ ਨਿੱਕੀ ਗੱਲ 'ਤੇ ਘਰ 'ਚ ਕਲੇਸ਼ ਕਰਕੇ ਬਹਿ ਜਾਂਦੇ ਜੇ? ਜੇ ਆਪਾਂ ਵੀ ਆਪਣੀ ਫੋਟੋ ਲਿਆ ਕੇ ਬਾਹਰ ਲਾਵਾਂਗੇ ਤੇ ਘਰ 'ਚ ਕਲੇਸ਼ ਵਧਣਾ ਹੀ ਆ, ਇੱਦਾਂ ਚੰਗਾ ਥੋੜ੍ਹੀ ਲੱਗਦਾ ਵਾ। ਮੈਂ ਇਕੱਲੇ ਨੇ ਠੇਕਾ ਥੋੜ੍ਹੀ ਲਿਆ ਹੁਣ ਘਰ ਨੂੰ ਕਲੇਸ਼ ਤੋਂ ਬਚਾਉਣ ਲਈ। ਚਲੋ ਤੁਸੀਂ ਏਡਾ ਉੱਚੀ ਨਾ ਬੋਲੋ, ਕੋਈ ਨਾ ਕੋਈ ਸੁਣ ਲੂਗਾ। ਸੁਣ ਲੈ ਜਿਹੜਾ ਸੁਣਦਾ ਵਾ। ਨਹੀਂ ਤੁਸੀਂ ਸ਼ਾਂਤ ਰਹੋ, ਠੀਕ ਹੈ ਬਹਿ ਜਾਓ, ਚੁੱਪ ਕਰਕੇ ਮੇਰੀ ਗੱਲ ਸੁਣੋ। ਮੇਰੀ ਗੱਲ ਸੁਣ ਲਾ, ਵੱਡੇ ਦਾ ਗੁੱਸਾ ਕਿਤੇ ਤੇਰੇ 'ਤੇ ਨਾ ਨਿਕਲ ਜੇ, ਜਿੱਥੇ ਹੈਗੀ ਨਾ ਉੱਥੇ ਬੈਠੀ ਰਹਿ। Thank you.
ਮਨਦੀਪ ਕਿੱਥੇ ਗਿਆ ਸੀ ਮਰ? ਉਹਨੇ ਕਿੱਥੇ ਜਾਣਾ ਦੀਦੀ, ਉਹਦੇ ਤੋਂ ਮੈਂ ਬਹੁਤੀ ਤੰਗ ਆਈ ਪਈ ਹਾਂ। ਕਿਉਂ, ਕੀ ਗੱਲ ਹੋਈ ਆ? ਦੀਦੀ ਉਹ ਜਿਹੜੀ ਫੋਟੋ ਨਹੀਂ ਲਾਈ ਬਾਹਰ ਬਰਾਂਡੇ 'ਚ ਤੁਹਾਡੀ ਅਤੇ ਭਾਅ ਜੀ ਦੀ, ਕੀ ਹੋਇਆ ਫੋਟੋ ਨੂੰ ਚੰਗੀ ਨਹੀਂ ਆ? ਨਹੀਂ ਨਹੀਂ ਦੀਦੀ, ਮੈਨੂੰ ਤਾਂ ਤੁਹਾਡੀ ਫੋਟੋ ਬਹੁਤ ਸੋਹਣੀ ਲੱਗੀ ਆ, ਪਰ ਨਾ ਮਨਦੀਪ ਜੀ ਐਵੇਂ ਖਿਜੀ ਜਾਂਦੇ ਆ ਵਾ, ਕਹਿੰਦਾ ਕਿ ਭਾਅ ਜੀ ਨੇ ਨਾ ਮੈਨੂੰ ਸਾੜਨ ਵਾਸਤੇ ਫੋਟੋ ਲਾਈ ਆ ਬਰਾਂਡੇ 'ਚ। ਇਸ ਗੱਲ ਤੋਂ ਮੈਂ ਦੁਖੀ ਇਹਨਾਂ ਦੀ, ਮੈਂ ਵੀ ਇਹਨਾਂ ਨੂੰ ਕਿਹਾ ਸੀ ਕਿ ਫੋਟੋ ਆਪਣੇ ਆਪਣੇ ਰੂਮ 'ਚ ਲਾਉਣੇ ਆ, ਪਰ ਇਹ ਕਿੱਥੇ ਮੰਨਦੇ ਆ, ਇਹ ਵੀ ਜਿੱਦਬਾਜ਼ੀ ਕਰਕੇ ਬਹਿ ਗਏ ਕਿ ਨਹੀਂ ਬਾਹਰ ਹੀ ਲਾਉਣੀ ਬਰਾਂਡੇ 'ਚ। ਪਤਾ ਨਹੀਂ ਕਿਉਂ ਦੀਦੀ ਦੋਨੋਂ ਭਰਾ ਆਪਸ ਇੰਨੇ ਚਿੜਦੇ ਰਹਿੰਦੇ ਆ, ਇਹਨਾਂ ਕਰਕੇ ਨਾ ਸਾਡੇ ਵਿੱਚ ਵੀ ਫਿੱਕ ਪੈ ਜਾਣੀ ਇੱਦਾਂ ਹੀ। ਇਹ ਤਾਂ ਹੈ ਸਿਮਰ, ਮੈਨੂੰ ਵੀ ਇਸੇ ਗੱਲ ਦਾ ਦੁੱਖ ਹੁੰਦਾ ਵਾ ਕਿ ਦੋਵੇਂ ਭਰਾ ਜ਼ਿਆਦਾ ਨਾ ਆਪਸ ਵਿੱਚ ਜਿੱਦਬਾਜ਼ੀ ਕਰਨ ਲੱਗ ਜਾਣ, ਕਲੇਸ਼ ਹੀ ਨਾ ਪਾ ਦੇਣ ਘਰ 'ਚ। ਉਹੀ ਗੱਲ ਤੋਂ ਦੀਦੀ, ਹੁਣ ਉਹੀ ਜਿੱਦ ਫੜ ਕੇ ਬੈਠੇ ਆ ਕਿ ਮੈਂ ਵੀ ਆਪਣੀ ਫੋਟੋ ਬਣਾ ਕੇ ਅਤੇ ਉਸੇ ਕੰਧ 'ਤੇ ਲਾਉਣੀ ਆ, ਉੱਥੇ ਹੀ ਆਪਣੀ ਫੋਟੋ ਲਾਉਣੀ ਆ, ਉਹ ਇਸ ਕਰਕੇ ਆ ਕਿ ਮੈਂ ਫੋਟੋ ਬਣਵਾਉਣ ਚੱਲਿਆ। ਅੱਛਾ ਦੀਦੀ, ਮੇਰੀ ਗੱਲ ਸੁਣੋ, ਇਹਨਾਂ ਦੀ ਜਿੱਦਬਾਜ਼ੀ ਸ਼ੁਰੂ ਤੋਂ ਹੀ ਇੱਦਾਂ ਦੀ ਆ ਕਿ ਜਾਂ ਮੇਰੇ ਵਿਆਹ ਤੋਂ ਬਾਅਦ ਸ਼ੁਰੂ ਹੋਈ ਆ? ਨਹੀਂ ਨਹੀਂ, ਇਹ ਉਦੋਂ ਦੀ ਗੱਲ ਆ ਜਦੋਂ ਮੇਰੇ ਵਿਆਹ ਨੂੰ 2 ਸਾਲ ਹੋ ਗਏ ਸੀ, ਅਤੇ ਫਿਰ ਉਦੋਂ। ਦੇਖੋ ਵੀਰ ਜੀ, ਡੈਡੀ ਤਾਂ ਇਹਨਾਂ ਦੇ ਹੁਣ ਰਹੇ ਨਹੀਂ ਆ, ਅਤੇ ਇਹਨਾਂ ਦਾ ਆਪਸ ਵਿੱਚ ਇਹ ਰੌਲਾ ਆ ਵੀ ਪੈਨਸ਼ਨ ਵੰਡੀ ਜਾਵੇ। ਉਹ ਤਾਂ ਗੱਲ ਤੇਰੀ ਠੀਕ ਆ ਕੁੜੇ, ਪਰ ਗੱਲ ਇਹ ਆ ਵੀ ਪੈਨਸ਼ਨ ਜਿਹੜੀ ਆ ਨਾ, ਪੈਨਸ਼ਨ ਉਹ ਆਪਣੇ ਹੱਥ 'ਚ ਰੱਖ ਤੂੰ। ਜੇ ਕੱਲ੍ਹ ਨੂੰ ਤੈਨੂੰ ਕਿਤੇ ਦਵਾਈ ਬੂਟੀ ਦੀ ਲੋੜ ਪਈ, ਤੂੰ ਫਿਰ ਕਿਹਦੇ ਮੂੰਹ ਵੱਲ ਵੇਖੇਂਗੀ? ਇਸ ਕਰਕੇ ਪੈਨਸ਼ਨ ਜਿਹੜੀ ਆ ਤੂੰ ਆਪਣੇ ਕੋਲ ਹੀ ਰੱਖ। ਵੀਰ ਜੀ, ਉਹ ਤਾਂ ਗੱਲ ਤੁਹਾਡੀ ਠੀਕ ਆ, ਪਰ ਮੈਨੂੰ ਤਰਸ ਆ ਜਾਂਦਾ ਆਪਣੀ ਨੂੰਹ 'ਤੇ। ਵੱਡੇ ਦੀ ਕਿਹੜੀ ਕੋਈ ਸਰਕਾਰੀ ਨੌਕਰੀ ਆ, ਉਹ ਤਾਂ ਆਪਣਾ ਕੰਮ ਧੰਦਾ ਕਰਕੇ ਅਤੇ ਮਹਾਂ ਰੋਟੀ ਟੁੱਕ ਜੋਗਾ ਜੋੜਦਾ ਆ। ਅਤੇ ਚਲੋ, ਛੋਟੇ ਕੋਲੋਂ ਤਾਂ ਹੈਗੀ ਆ ਸਰਕਾਰੀ ਨੌਕਰੀ, ਅਤੇ ਇਹਨਾਂ ਦਾ ਆਪਸ ਵਿੱਚ ਇਹੋ ਰੌਲਾ ਆ। ਮਾਮਾ ਜੀ, ਮੇਰੀ ਕਿਹੜੀ ਇੰਨੀ ਆਮਦਨ ਆ, ਮਾੜੀ ਮੋਟੀ ਕਮਾਈ ਕਰਦਾ ਮੈਂ, ਉੱਤੋਂ ਵਿਆਹ ਵਰਿਆ ਬੰਦਾ ਆ ਮੈਂ, ਮੇਰੇ ਤਾਂ ਆਪਣੇ ਖਰਚੇ ਬੜੇ ਆ, ਕਿਤੇ ਰਿਸ਼ਤੇਦਾਰੀ ਵਿੱਚ ਵੀ ਆਉਣਾ ਜਾਣਾ ਪੈਂਦਾ ਆ, ਘਰ ਦੇ ਹੋਰ ਖਰਚੇ ਬਥੇਰੇ ਆ। ਉਹ ਵੀਰ, ਜਿਹੜਾ ਤੂੰ ਪੋਲਟਰੀ ਫਾਰਮ ਖੋਲਿਆ ਨਾ, ਉਹ ਵੀ ਸਾਂਝੀ ਜ਼ਮੀਨ 'ਚ ਖੋਲਿਆ ਆ। ਇਹੋ ਤਾਂ ਗੱਲ ਮੈਂ ਕਹਿਣ ਡਿਆ ਭੈਣੇ, ਵੀ ਜਿਹੜਾ ਪੋਲਟਰੀ ਫਾਰਮ ਵਾਲੀ ਜਗ੍ਹਾ ਵਾ ਨਾ, ਉਹ ਥਾਂ ਹੈਗਾ ਤੇਰੇ ਨਾਂ 'ਤੇ, ਅਤੇ ਤੂੰ ਉਹ ਥਾਂ ਜਿਹੜਾ ਵੱਡੇ ਦੇ ਨਾਂ 'ਤੇ ਕਰਾ ਦੇ, ਅਤੇ ਛੋਟੇ ਕੋਲ ਤਾਂ ਸਰਕਾਰੀ ਨੌਕਰੀ ਹੈਗੀ ਆ, ਇਹਨੂੰ ਤਾਂ ਹਰ ਮਹੀਨੇ ਤਨਖਾਹ ਆਈ ਜਾਣੀ ਆ, ਰਿਟਾਇਰ ਹੋ ਜੂਗਾ ਤਾਂ ਵੀ ਇਹਨੂੰ ਪੈਨਸ਼ਨ ਮਿਲਦੀ ਜਾਣੀ ਆ, ਅਤੇ ਇਸ ਕਰਕੇ ਥਾਂ ਜਿਹੜਾ ਵਾ ਪੋਲਟਰੀ ਫਾਰਮ ਵਾਲਾ, ਉਹ ਵੱਡੇ ਦੇ ਨਾਂ 'ਤੇ ਕਰਾ ਦੇ। ਵੀਰ ਜੀ, ਇਹੋ ਤਾਂ ਮੈਂ ਕਹਿਣ ਡਈ ਹਾਂ ਵੀ ਨਿੱਕੇ ਕੋਲ ਤਾਂ ਸਰਕਾਰੀ ਨੌਕਰੀ ਹੈਗੀ ਆ, ਗੱਲ ਤਾਂ ਵੱਡੇ ਦੀ ਆ ਵੀ ਉਹਦਾ ਤਾਂ ਆਈ ਚਲਾਈ ਚੱਲਦਾ, ਉਹਦੀ ਤਾਂ ਚੜ੍ਹੇ ਮਹੀਨੇ ਤਨਖਾਹ ਪੈ ਜਾਂਦੀ ਆ। ਅਤੇ ਰਹੀ ਗੱਲ ਪੈਨਸ਼ਨ ਦੀ, ਉਹ ਤਾਂ ਮੈਂ ਤੈਨੂੰ ਕਹਿੰਦਾ ਵੀ ਉਹ ਵੀ ਵੱਡੇ ਨੂੰ ਲਿਆ ਕੇ ਅਤੇ ਪੈਨਸ਼ਨ ਦੇ ਦਿਆ ਕਰ, ਤਾਂ ਕਿ ਆਪਣਾ ਸੌਦਾ ਪੱਤਾ ਲਿਆਇਆ ਕਰੇ। ਠੀਕ ਆ ਵੀਰ ਜੀ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਮਾਮਾ ਜੀ, ਤੁਸੀਂ ਨਾ ਜਾਣ ਬੁੱਝ ਕੇ ਤਜਿੰਦਰ ਦਾ ਸਾਥ ਦੇਣ ਡੇ ਜੇ, ਚਲੋ ਠੀਕ ਆ, ਮੈਨੂੰ ਇਹ ਗੱਲ ਤਾਂ ਮਨਜ਼ੂਰ ਆ, ਪਰ ਮੇਰੀ ਇੱਕ ਗੱਲ ਸੁਣ ਲਓ ਕੰਨ ਖੋਲ ਕੇ, ਮੇਰੇ ਤੋਂ ਨਾ ਕਿਸੇ ਚੀਜ਼ ਦੀ ਉਮੀਦ ਨਾ ਰੱਖਿਓ। ਮੇਰੇ ਤੇਰੇ ਕੋਲ ਕਾਹਦੀ ਰੱਖਣੀ ਆ, ਤੇਰੀ ਤਾਂ ਸਰਕਾਰੀ ਨੌਕਰੀ ਆ, ਤੇਰਾ ਆਪਣੇ ਘਰ ਗੁਜ਼ਾਰਾ ਹੋਣ ਡਿਆ ਤੇਰਾ, ਹੈਂ, ਅਸੀਂ ਤਾਂ ਉਹਦਾ ਸੋਚਣਾ ਵੀ ਚਲੋ ਉਹਦਾ ਵੀ ਕਦੇ ਸੌਦਾ ਪੱਤਾ ਆਉਂਦਾ ਰਹੇ, ਇਸ ਕਰਕੇ ਅਸੀਂ ਤਾਂ ਉਹਦੀ ਮਦਦ ਥੋੜ੍ਹੀ ਕਰਨ ਆਏ ਹਾਂ, ਅਸੀਂ ਤਾਂ ਤੁਹਾਡਾ ਫੈਸਲਾ ਨਿਬੇੜਨ ਆਇਆ ਵੀ ਤੁਹਾਡਾ ਝਗੜਾ ਨਿਬੇੜਨ ਆਇਆ ਤੁਹਾਡਾ ਮੈਂ। ਮਾਮਾ ਜੀ, ਗੱਲ ਸੁਣ ਲਓ ਮੇਰੀ, ਠੀਕ ਆ, ਮੈਨੂੰ ਇਹ ਫੈਸਲਾ ਮਨਜ਼ੂਰ ਆ, ਪਰ ਮੇਰੀ ਨਾ ਹੱਥ ਤੋਂ ਬਾਅਦ ਤੁਹਾਡੇ ਨਾਲ ਕੋਈ ਰਿਸ਼ਤੇਦਾਰੀ ਨਹੀਂ ਜੇ। ਪੁੱਤ, ਤੂੰ ਇੱਦਾਂ ਕਿਉਂ ਕਰਨ ਡਿਆ ਆ? ਨਹੀਂ, ਮੈਂ ਕੀ ਕਰਨ ਡਿਆ ਮੰਮੀ, ਫਰਕ ਤਾਂ ਤੂੰ ਕਰਨ ਡਈ ਆਪਣੇ ਦੋਵਾਂ ਪੁੱਤਾਂ 'ਚ। ਗੱਲ ਸੁਣ ਲਓ ਮੇਰੀ, ਜੇ ਪੋਲਟਰੀ ਫਾਰਮ ਵਾਲੀ ਜ਼ਮੀਨ ਇਹਨੂੰ ਦੇਤੀ ਹੈ ਨਾ, ਅਤੇ ਰਿਸ਼ਤੇਦਾਰੀਆਂ 'ਚ ਵੀ ਇਹੀ ਵਰਤਿਆ ਕਰੂਗਾ। ਮੈਨੂੰ ਨਾ ਕਿਹਾ ਕਰਿਓ ਕਿ ਮਾਮੇ ਕੋ ਵਾ ਅਤੇ ਮਾਸੀ ਕੋ ਵਾ। ਕੋਈ ਨਹੀਂ ਤਜਿੰਦਰ ਪੁੱਤ, ਤੂੰ ਫਿਕਰ ਨਾ ਕਰ, ਤੇਰਾ ਨਹੀਂ ਮੈਂ ਹੱਕ ਰੱਖਦੀ, ਤੇਰੇ ਮਾਮੇ ਨੇ ਜੋ ਫੈਸਲਾ ਕਰਤਾ ਨਾ ਮੈਨੂੰ ਮਨਜ਼ੂਰ ਆ।
ਪਰ ਮੰਮੀ ਜੀ ਜਿੱਦਾਂ ਮਨਦੀਪ ਕਹਿੰਦਾ ਉੱਦਾਂ ਹੀ ਕਰ ਲਓ ਹਾਂ, ਕਿਉਂ ਘਰ ਵਿੱਚ ਕਲੇਸ਼ ਕਰਨਾ ਆਵੇ, ਨਾਲ ਮੈਂ ਨਹੀਂ ਚਾਹੁੰਦੀ ਕਿ ਦੋਵਾਂ ਭਰਾਵਾਂ ਵਿੱਚ ਫਰਕ ਪਏ। ਲੈ ਸੰਦੀਪ, ਮੈਂ ਫਰਕ ਕਾਹਦਾ ਕੀਤਾ ਆ, ਨਾਲ ਮੈਂ ਗਲਤ ਕੀ ਕੀਤਾ ਆ? ਉਹਦੇ ਕੋਲ ਤਾਂ ਸਰਕਾਰੀ ਨੌਕਰੀ ਆ, ਅਤੇ ਉਹਨੂੰ ਸਰਕਾਰੀ ਨੌਕਰੀ ਕਿਹੜੀ ਐਵੇਂ ਮਿਲ ਗਈ ਆ? ਤੇਰੇ ਡੈਡੀ ਨੇ ਉਦੋਂ 10 ਲੱਖ ਰੁਪਇਆ ਦੇ ਕੇ ਨੌਕਰੀ ਦਵਾਈ ਸੀ, ਅਤੇ ਇਹਦੇ ਕੋਲ ਕਿਹੜੀ ਸਰਕਾਰੀ ਨੌਕਰੀ ਆ? ਅੱਛਾ ਚੰਗਾ ਭੈਣੇ, ਮੈਂ ਫਿਰ ਚੱਲਦਾ ਵਾਂ, ਅਤੇ ਕੋਈ ਚਿੰਤਾ ਨਹੀਂ ਕਰਨੀ ਤੁਸੀਂ ਕਿਸੇ ਗੱਲ ਦੀ, ਅਤੇ ਜੋ ਫੈਸਲਾ ਹੋ ਗਿਆ ਠੀਕ ਹੀ ਹੋ ਗਿਆ ਵਾ, ਤੁਸੀਂ ਕਿਸੇ ਗੱਲ ਚਿੰਤਾ ਨਹੀਂ ਕਰਨੀ। ਵੀਰ ਜੀ ਬੈਠੋ, ਰੋਟੀ ਖਾ ਕੇ ਜਾਇਓ। ਕੋਈ ਗੱਲ ਨਹੀਂ, ਮੈਂ ਜਾ ਸੰਦੀਪ ਆਪਣੇ ਮਾਮੇ ਲਈ ਰੋਟੀ ਬਣਾ। ਜਾਣਾ ਹੋਰ ਕਿਤੇ ਕੰਮ ਜਾਣਾ ਸੀਗਾ, ਅਤੇ ਮੈਂ ਫਿਰ ਕਿਤੇ ਆਵਾਂਗਾ, ਅਤੇ ਆਹ ਗੱਲ ਚਲੋ ਠੀਕ ਆ, ਮੈਂ ਜਾਣਾ ਛੇਤੀ। ਵੇਖ ਪੁੱਤ, ਮੈਂ ਆਪਣਾ ਸਾਰਾ ਕੁਛ ਤੈਨੂੰ ਦੇ ਦੂੰਗੀ, ਪਰ ਮੇਰਾ ਪੁੱਤ ਇੱਕ ਗੱਲ ਪੱਲੇ ਬੰਨ ਲਾ, ਨਿੱਕੇ ਨਾਲ ਕਦੀ ਜੇਦਬਾਜ਼ੀ ਨਾ ਕਰੀ, ਤੂੰ ਆ ਸਿਆਣਾ ਅਤੇ ਉਹ ਨਿਆਣਾ ਆ। ਮੰਮੀ ਜੇਦਬਾਜ਼ੀ ਮੈਂ ਕਿਉਂ ਕਰਨੀ ਆ? ਜੇ ਉਹਨੂੰ ਅਜੇ ਵੀ ਲੱਗਦਾ ਨਾ ਕਿ ਵੱਡਾ ਮੇਰਾ ਹੱਕ ਮਾਰਨ ਡਿਆ ਵਾ, ਅਤੇ ਮੇਰੇ ਨਾਲ ਆ ਕੇ ਸਿੱਧੀ ਗੱਲ ਕਰ ਲਏ। ਵੈਸੇ ਵੀ ਅਜੇ ਤਾਂ ਉਹ ਕੁਵਾਰਾ ਵਾ, ਅਤੇ ਗੱਲ ਮੰਨ ਵੀ ਲਊਗਾ, ਬਾਅਦ 'ਚੋਂ ਕੀ ਪਤਾ ਅਗਲੇ ਦੇ ਮਨ 'ਚ ਕੀ ਆਏ ਕੀ ਨਾ ਆਏ, ਅਤੇ ਮੈਂ ਨਹੀਂ ਚਾਹੁੰਦਾ ਵੀ ਸਾਡੇ ਘਰ 'ਚ ਦਰਾਰ ਪਵੇ। ਪੁੱਤ ਤੂੰ ਇੱਦਾਂ ਦਾ ਕੇ ਸੋਚਦਾ ਆ, ਇੱਦਾਂ ਦਾ ਨਾ ਸੋਚਿਆ ਕਰ, ਦਰਾਰਾਂ ਉਹ ਘਰਾਂ 'ਚ ਪੈਂਦੀਆਂ ਆ ਜਿੱਥੇ ਨੌਵਾਂ ਇੱਦਾਂ ਦੀਆਂ ਆ ਜਾਂਦੀਆਂ, ਅਤੇ ਸਾਡੀ ਸੰਦੀਪ ਤਾਂ ਇੰਨੀ ਚੰਗੀ ਆ, ਹਰ ਇੱਕ ਦਾ ਨਾਲ ਨਿਊ ਕੇ ਗੱਲ ਕਰਦੀ ਆ। ਆਹੋ ਮੰਮੀ ਇਹਦੀ ਗੱਲ ਹੈ। ਬਸ ਪੁੱਤ ਫਿਰ ਸਿਆਣਾ ਬਣ ਕੇ ਰਹੀ, ਅਤੇ ਅੱਗੇ ਲੱਗ ਕੇ ਸਾਰੀ ਜ਼ਿੰਮੇਵਾਰੀ ਨਿਭਾਵੀਂ, ਮੈਂ ਵੀ ਆਪਣੀ ਸਾਰੀ ਕਬੀਲਦਾਰੀ ਨਾ ਸੰਦੀਪ ਦੇ ਹੱਥ 'ਚ ਦੇ ਦੇਣੀ ਆ, ਅਤੇ ਇੱਦਾਂ ਦਾ ਕੁਛ ਨਹੀਂ ਹੋਣਾ ਚਾਹੀਦਾ ਜਿਹਦੇ ਨਾਲ ਮੈਨੂੰ ਕੋਈ ਲਾਮਾ ਆਵੇ। ਨਹੀਂ ਮੰਮੀ, ਸੰਦੀਪ ਨੂੰ ਕਿਉਂ ਕਬੀਲਦਾਰੀ ਫੜਾਉਣੀ ਹੈ? ਅਜੇ ਤੂੰ ਚੰਗੀ ਭਲੀ ਆ, ਦੁਰਦੀ ਫਿਰਦੀ ਆ, ਇਹ ਸਾਰਾ ਤਾਮ ਜਾ ਉਹਨੂੰ ਤੂੰ ਆਪਣੇ ਕੋਲ ਹੀ ਰੱਖ। ਨਹੀਂ ਨਹੀਂ ਪੁੱਤ, ਇਹੋ ਜਿਹੀ ਕੋਈ ਗੱਲ ਨਹੀਂ ਆ, ਅਜੇ ਆਪਣਾ ਛੋਟਾ ਵਿਆਹਣ ਵਾਲਾ ਆ, ਅਤੇ ਸੰਦੀਪ ਇੱਦਾਂ ਦੀ ਨਹੀਂ ਹੈਗੀ, ਆਪਣੀ ਬੜੀ ਚੰਗੀ ਆ। ਚੱਲ ਵੇਖ ਲਾ ਜਿੱਦਾਂ ਤੈਨੂੰ ਸਹੀ ਲੱਗਦਾ। ਚੱਲ ਇੱਦਾਂ ਕਰ, ਤਿਆਰ ਹੋ ਜਾ, ਫਿਰ ਚੱਲੀਏ ਕਚਹਿਰੀ। ਗੱਲ ਸੁਣਿਓ, ਦੇਖੋ ਜੇ ਮੰਮੀ ਹੁਣ ਆਪਣੀ ਜ਼ਮੀਨ ਤੁਹਾਡੇ ਨਾਲ ਕਰਾ ਦੇਣ ਲੱਗੇ ਆ ਨਾ, ਤਾਂ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਕੱਲ੍ਹ ਨੂੰ ਔਖੇ ਸਮੇਂ 'ਚ ਨਾ ਤੁਸੀਂ ਮੰਮੀ ਨੂੰ ਸਾਂਭੋ, ਮੰਮੀ ਦਾ ਸਾਥ ਨਾ ਛੱਡ ਦਿਓ ਕਿਤੇ, ਐਂ ਲੋਕ ਨਾ ਫਿਰ ਗੱਲਾਂ ਕਰਨਗੇ। ਅਤੇ ਯਾਰ ਮੈਨੂੰ ਵੀ ਤਾਂ ਪਤਾ ਹੀ ਆ ਕਿ ਮੇਰੀ ਜ਼ਿੰਮੇਵਾਰੀ ਕੀ ਆ ਅਤੇ ਕੀ ਨਹੀਂ, ਨਾਲ ਮੈਂ ਤਾਂ ਮੰਮੀ ਨੂੰ ਕਿਹੜਾ ਆਪ ਕਹਿਣ ਡਿਆ ਵਾਂ, ਮੈਂ ਤਾਂ ਮੰਮੀ ਨੂੰ ਕਹਿਣਾ ਜ਼ਮੀਨ ਆਪਣੇ ਕੋਲ ਹੀ ਰੱਖੋ, ਮੰਮੀ ਕਿੱਥੇ ਮੰਨਦੇ ਆ, ਮੈਂ ਰਾਤੀ ਵੀ ਕਿਹਾ ਸੀ ਮੰਮੀ ਨੂੰ। ਚਲੋ ਕੋਈ ਗੱਲ ਨਹੀਂ, ਮੰਮੀ ਕੁਝ ਸੋਚ ਸਮਝ ਕੇ ਕਰਨ ਦਿਓ ਹੋਣਗੇ। ਆਹੋ ਬਾਕੀ ਮੈਨੂੰ ਵੀ ਪਤਾ ਹੀ ਆ ਵੀ ਕੀ ਚੰਗਾ ਅਤੇ ਕੀ ਮਾੜਾ, ਡੈਡੀ ਨਾਲ ਮੈਂ ਵੀ ਤਾਂ ਕੰਮ ਕਰਾਉਂਦਾ ਰਿਹਾ ਨਾ, ਮੈਨੂੰ ਵੀ ਪਤਾ ਕਿਹੜੇ ਬੰਦੇ ਨਾਲ ਕਿੱਦਾਂ ਨਿਭਣਾ ਹੈ। ਹਾਂਜੀ ਚੱਲ ਤੂੰ ਮੇਰੇ ਕੱਪੜੇ ਕੱਢ ਦੇ, ਕਚਹਿਰੀ ਚੱਲਿਆ ਮੰਮੀ ਦੇ ਨਾਲ। ਚਲੋ ਫਿਰ।